9 ਰੁਪਏ ਕਿ ਹਜ਼ਾਰਿਆ ਰੇਤਾ ਲੋਕਾਂ ਨੂੰ ਆਮ ਲੋਕਾਂ ਦੇ ਘਰਾਂ ਤੱਕ ਪਹੁੰਚੂਗਾ ਕੀ ਲੱਗ ਰਿਹਾ ਹੈ ਤੁਸੀਂ ਤਾਂ ਰੇਤਾ ਹੀ ਵੇਚਣਾ ਬੰਦ ਕਰ ਤਾ ਜੀ ਜਿੱਦਾਂ ਦੀ ਇਹ ਖਬਰ ਉੱਡੀ ਆ ਉਦੋਂ ਦਾ ਤਾਂ ਅਸੀਂ ਤਾਂ ਰੇਤਾ ਰੇਤਾ ਹੀ ਬੰਦ ਕਰਨਾ ਵੇਚਣਾ ਬੰਦ ਕਰਤਾ ਕਿਉਂ ਐਸਐਚਓ ਸਾਹਿਬ ਪੁਲਿਸ ਵਾਲੇ ਵੀ ਦੋ ਤਿੰਨ ਚੱਕਰ ਮਾਰ ਗਏ ਕਿ ਭਾਈ 9 ਫੁੱਟ 9 ਰੁਪਏ ਫੁੱਟ ਤੋਂ ਵੱਧ ਵੇਚਣਾ ਨਹੀਂ ਸਾਡੇ ਅਫਸਰ ਅਨਪੜ੍ਹ ਨੇ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ ਕਿ ਅਨੰਦਪੁਰ ਸਾਹਿਬ ਤੋਂ ਜੇ ਗੱਡੀ ਭਰ ਕੇ ਆਉਂਦੀ ਆ ਤਾਂ 8000 ਦਾ ਤਾਂ ਉਹ ਡੀਜ਼ਲ ਖਾ ਜਾਂਦੀ ਆ। ਮੈਂ ਆਪਲੀ ਜ਼ਰ ਮਹਿਕਮਾ ਜੀ ਪਹਿਲਾਂ ਹੀ ਤਿਆਰ-ਵਾਰ ਤਿਆਰਿਆਂ ਦਾ ਵੀ ਗੱਡੀ ਆਵੇ ਰੋਕੀ ਆਪਣਾ ਚਾਹ ਪਾਣੀ ਮੰਗਦੇ ਨੇ ਜੀ, ਥੱਕ ਨਾਲ ਮੰਗਦੇ ਨੇ ਕਹਿੰਦਾ ਸਾਡਾ ਹੱਕ ਆ ਜੀ। ਜਰਨ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਜਾ ਰਿਹਾ ਬਹੁਤ ਪੜ੍ਹੇ ਲਿਖੇ ਇਨਸਾਨ ਨੇ ਜ਼ਮੀਨੀ ਪੱਧਰ ਤੇ ਉਹਨਾਂ ਨੇ ਕੋਈ ਜਾਇਜ਼ਾ ਲੱਤਾ ਹੀ ਨਹੀਂ ਕੁਰਸੀ 'ਤੇ ਬੈਠ ਕੇ ਐਲਾਨੇ ਕਰਤਾ। ਜੀ ਤਾਂ ਇੱਥੇ ਬੈਠੇ ਵੀ ਸੁਣਦੇ ਆਂ ਕਿ ਕਮਿਸ਼ਨ ਹੁੰਦਾ ਜਿੰਨੇ ਵੀ ਮੰਤਰੀ ਨੇ ਜਾਂ ਉੱਥੇ ਅਫਸਰ ਸਹਿਬਾਨ ਨੇ ਉਹਨਾਂ ਦਾ ਵਿੱਚ ਕਮਿਸ਼ਨ ਹੁੰਦਾ ਇਹ ਬਿਲਕੁਲ ਗਲਤ ਗੱਲ ਹੈ ਕਿ ਆ ਫ੍ਰੀ ਦੇਵਾਂਗੇ ਫ੍ਰੀ ਦੇ ਕੇ ਪਬਲਿਕ ਨੂੰ ਨਕਮਾ ਬਣਾਉਣ ਵਾਲੀ ਗੱਲ ਆ ਬੋਨ ਕਰੇਂਗੇ ਤੁਸੀਂ ਸਰਕਾਰ ਨੂੰ ਜਿਵੇਂ ਲੱਖਾ ਸੁਧਾਨਾ ਬਹੁਤ ਵਧੀਆ ਬੰਦਾ ਜੀ ਚਾਹੇ ਕਿਵੇਂ ਵੀ ਸੀਓ ਬੰਦਾ ਪਿੱਛੇ ਉਹਦਾ ਪਛੋਕੜ ਕੀ ਸੀ ਪਰ ਉਹ ਹੁਣ ਆਮ ਪਬਲਿਕਲੀ ਬਹੁਤ ਵਧੀਆ ਕੰਮ ਕਰ ਰਿਹਾ ਉਹਦੀ ਸੋਚ ਤੇ ਚੱਲੋ ਭਗਤ ਸਿੰਘ ਦੀ ਸੋਚ ਤੇ ਪਹਿਰਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਮਨਵਿੰਦਰ ਸਿੰਘ ਟਿਵਾਣਾ ਅਲੈਕਸਨਾ ਦਾ ਟਾਈਮ ਲਵਿਆ ਪੰਜਾਬ ਚ ਜਿਹੜੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੋਹਫੇ ਦੇਣ ਦੀ ਝੜੀ ਆ ਉਹ ਲੱਗੀ ਹੋਈ ਆ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਬਿਜਲੀ ਸਸਤੀ ਕੀਤੀ ਜਾਂਦੀ ਆ ਪੈਟਰੋਲ ਸਸਤਾ ਕੀਤਾ ਜਾਂਦਾ ਇਹ ਅੱਜ ਜੇ ਗੱਲ ਕੀਤੀ ਜਾਵੇ ਤਾਂ ਪੈਟਰੋਲ 10 ਰੁਪਏ ਅਤੇ ਜਿਹੜਾ ਡੀਜ਼ਲ ਆ 5 ਰੁਪਏ ਘਟਾ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਅੱਜ ਰਾਤ ਤੋਂ ਸਸਤਾ ਹੋ ਜਾਣਾ ਹੈ ਇਸੇ ਤਰ੍ਹਾਂ ਹੀ ਰੇਤਾ ਜਿਹੜਾ ਕਾਫੀ ਟਾਈਮ ਤੋਂ ਗੱਲ ਉੱਠ ਰਹੀ ᱛੀ ਕਿ ਨਜਾਇਜ਼ ਮਾਈਨਿੰਗ ਚੱਲ ਰਹੀ ਆ ਰੇਤੇ ਦੀਆਂ ਜਿਹੜੀਆਂ ਕਾਲਾ ਬਜਾਰੀ ਹੋ ਰਹੀ ਆ ਰੇਤਾ ਬਹੁਤ ਜ਼ਿਆਦਾ ਮਹਿੰਗਾ ਵਿਕ ਰਿਹਾ ਹੈ ਜਿੱਦੇ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਰੇਤਾ ਜਿਹੜਾ ਉਹ ਸਸਤਾ ਕਰ ਦਿੱਤਾ ਗਿਆ ਰੇਤਾ ਇਹ ਜਿਹੜਾ 9 ਰੁਪਏ ਵਿਕੂਗਾ ਅਸੀਂ ਰੇਤੇ ਦੀ ਦੁਕਾਨ ਤੇ ਖੜੇ ਆ ਪਿੰਡ ਦਿੱਤੂਪੁਰ ਜੱਟਾਂ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਇਹ ਕਸਬਾ ਪੈਂਦਾ ਇਹ ਦਿੱਤੂਪੁਰ ਜੱਟਾਂ ਇੱਥੇ ਖੜੇ ਆ ਬਾਈ ਜੀ ਨੇ ਸਾਡੇ ਨਾਲ ਗੱਲ ਕਰਾਂਗੇ ਹਾਂਜੀ ਵੀਰ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਫਤਿਹ ਜੀ ਕੀ ਨਾਮ ਆ ਜੀ ਮੇਰਾ ਨਾਮ ਦਲਜੀਤ ਸਿੰਘ ਆ ਜੀ ਦਲਜੀਤ ਸਿੰਘ ਜੀ ਕੀ ਕਹੇਗੇ ਉਹ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੇਤੇ ਦਾ ਜਿਹੜਾ ਕਾਲਾ ਬਜਾਰੀ ਸੀਗੀ ਬੜੇ ਲੰਬੇ ਟਾਈਮ ਤੋਂ ਚੱਲ ਰਹੀ ਸੀਗੀ ਰੇਤਾ ਸਸਤਾ ਕਰ ਦਿੱਤਾ ਗਿਆ ਹੈ 9 ਰੁਪਏ ਕਿਹਾ ਜਾ ਰਿਹਾ ਹੈ ਰੇਤਾ ਲੋਕਾਂ ਨੂੰ ਆਮ ਲੋਕਾਂ ਦੇ ਘਰਾਂ ਤੱਕ ਪਹੁੰਚੂਗਾ ਕੀ ਲੱਗ ਰਿਹਾ ਹੈ ਤੁਸੀਂ ਤਾਂ ਰੇਤਾ ਹੀ ਵੇਚਣਾ ਬੰਦ ਕਰਤਾ ਜੀ ਪਤਾ ਲੱਗ ਰਿਹਾ ਆਲੇ-ਦਾਲੇ ਪਟਿਆਲੇ ਜ਼ਿਲ੍ਹੇ ਦੀਆਂ ਜਿੰਨੀਆਂ ਦੁਕਾਨਾਂ ਨੇ ਵੀ ਰੇਤਾ ਨਹੀਂ ਦੇ ਰਹੇ ਦੇਖੋ ਜੀ ਜਿੱਦਣ ਦੀ ਇਹ ਖਬਰ ਉੱਡੀ ਆ ਉਦੋਂ ਦਾ ਤਾਂ ਅਸੀਂ ਤਾਂ ਰੇਤਾ ਰੇਤਾ ਹੀ ਬੰਦ ਕਰਨਾ ਵੇਚਣਾ ਬੰਦ ਕਰਤਾ ਕਿਉਂ ਐਸਐਚਓ ਸਾਹਿਬ ਪੁਲਿਸ ਵਾਲੇ ਵੀ ਦੋ ਤਿੰਨ ਚੱਕਰ ਮ ਪਰ ਸਰਕਾਰਾਂ ਨੂੰ ਇਹ ਅਨਪੜ ਸਰਕਾਰਾਂ ਨੇ ਜਾਂ ਸਾਡੇ ਅਫਸਰ ਅਨਪੜ ਨੇ ਜਿਨ੍ਹਾਂ ਨੂੰ ਨੋਲਿਜ ਨਹੀਂ ਹੈਗੀ ਕਿ ਨੰਦਪੁਰ ਸਾਹਿਬ ਤੋਂ ਜੇ ਗੱਡੀ ਭਰ ਕੇ ਆਉਂਦੀ ਆ ਤਾਂ 8000 ਦਾ ਤਾਂ ਉਹ ਡੀਜ਼ਲ ਖਾ ਜਾਂਦੀ ਆ ਤੇ ਜਿਹੜਾ ਮਾਲਕ ਆਪਣੀ ਗੱਡੀ ਲੈ ਕੇ ਜਾ ਰਿਹਾ ਉਹ ਤੇ ਡਰਾਈਵਰ ਦਾ ਖਰਚਾ ਜਿਹੜੇ ਉੱਥੇ ਲੇਬਰ ਕੰਮ ਕਰਦੇ ਨੇ ਜਾਂ ਉੱਥੇ ਕਰੇਨਾ ਨਾਲ ਭਰਦੇ ਨੇ ਉਹ ਤੇ ਡੀਜ਼ਲ ਦਾ ਖਰਚਾ ਉਹ ਕਿੱਥੋਂ ਕੱਢਣਗੇ ਬੇਬਕੂਫਾਂ ਵਾਲੀ ਗੱਲ ਆ ਜੀ ਬਹੁਤ ਬੇਬਕੁਵਾਰਾ ਹਾਸੋ ਹੀ ਨਹੀਂ ਗੱਲ ਆ ਜੀ ਵੀ 9 ਰੁਪਏ ਫੁੱਟ ਵੇਚਣਾ ਜੀ ਕੋਈ ਵੀ ਤਰਕ ਦੇ ਦਿਓ ਵੀ ਆਹ ਇੱਕ ਹੱਲ ਹੋ ਸਕਦਾ ਨਾਰਵੇ ਫੋਟੋ ਅਸੀਂ ਤਾਂ ਵੇਖ ਸਕਦੇ ਆ ਜੇ ਸਰਕਾਰ ਜਿਹੜੇ ਉੱਥੇ ਨਮਾਇंदे ਕੰਮ ਕਰਦੇ ਨੇ ਲੇਬਰ ਦਾ ਕੰਮ ਕਰਦੇ ਆ ਕ੍ਰੇਨ ਆਪਰੇਟਰ ਨੇ ਜਿਹੜੇ ਰੇਤਾਂ ਵਿੱਚੋਂ ਮਾਈਨਿੰਗ ਕਰਕੇ ਕੱਢਦੇ ਨੇ ਉਹਨਾਂ ਨੂੰ ਸਰਕਾਰ ਕਹੇ ਕਿ ਅਸੀਂ ਤੁਹਾਨੂੰ ਤਨਖਾਹਾਂ ਦਵਾਂਗੇ ਤੇ ਜਿਹੜੇ ਡਰਾਈਵਰ ਨੇ ਗੱਡੀਆਂ ਦੇ ਉਹਨਾਂ ਨੂੰ ਕਹੇ ਵੀ ਅਸੀਂ ਤਨਖਾਹਾਂ ਤੁਹਾਨੂੰ ਦਵਾਂਗੇ ਤੇ ਉੱਥੇ ਖੱਡਾਂ ਦੇ ਉੱਤੇ ਪੈਟਰੋਲ ਪੰਪ ਲਾ ਦਵੇ ਜਿਹੜੀ ਗੱਡੀ ਜਾਏ ਵੀ ਰੇਤੇ ਵਾਲੀ ਗੱਡੀਆਂ ਨੂੰ ਤੇਲ ਅਸੀਂ ਪਾਵਾਂਗੇ ਫਿਰ ਨਾਰਵੇ ਫੋਟੋ ਅਸੀਂ ਲੋਕਾਂ ਨੂੰ ਦੇ ਸਕਦੇ ਆਂ ਸੇਵਾ ਕਰ ਸਕਦੇ ਆਂ ਜੀ ਕਿਉਂ ਫੇਰ ਸਾਡੇ ਕੋਲ ਪਹੁੰਚ ਸਕਦਾ ਆ ਉਹ ਤੇ ਉੱਥੇ ਜਿਹੜੀ ਮੈਨਿੰਗ ਦੀ ਪਰਚੀ ਆ ਉਹ ਵੀ ਉਹ 5 ਰੁਪਏ 4 ਰੁਪਏ ਕਰ ਦੇ ਜੇ ਜੇ ਗੱਲ ਕੀਤੀ ਜਾਵੇ ਤੁਸੀਂ ਕਿਹਾ 9 ਰੁਪਏ ਉੱਥੇ ਦੇ ਸਕਦੇ ਆਂ ਅਸੀਂ ਉਰੇ ਜੇ ਡੀਜ਼ਲ ਦੀਆਂ ਕੀਮਤਾਂ ਨੇ ਜਿਹੜੀਆਂ ਅਸਮਾਨ ਸੂਰ ਰੀਆਂ ਨੇ ਅੱਜ 5 ਰੁਪਏ ਸਸਤਾ ਕੀਤਾ ਗਿਆ ਡੀਜ਼ਲ ਪਰ ਤੇ ਜੇ ਦੇਖਿਆ ਜਾਵੇ ਉਸੇ ਹਿਸਾਬ ਨਾਲ ਵੀ 9 ਰੁਪਏ ਫੁੱਟ ਪੈਂਦਾ ਨਹੀਂ ਪੈਂਦਾ ਕਿਸੇ ਹਾਲਤ ਵਿੱਚ ਨਹੀਂ ਪੈਂਦਾ ਜੀ ਖਰਚੇ ਇੰਨੇ ਨੇ ਹਮ ਇੰਨੇ ਖਰਚੇ ਨੇ ਡਰਾਈਵਰ ਦਾ ਖਰਚਾ ਦਾ ਲਓ ਜੀ ਰਾਹ ਦੇ ਵਿੱਚ ਸਾਡਾ ਪੰਜਾਬ ਪੁਲਿਸ ਦਾ ਵਿਭਾਗ ਹੈ ਜੀ ਹੂੰ ਪਹਿਲੇ ਹੀ ਤਿਆਰ ਵਰ ਤਿਆਰਿਆਂ ਦਾ ਵੀ ਗੱਡੀ ਆਵੇ ਰੋਕੀ ਆਪਣਾ ਚਾਹ ਪਾਣੀ ਮੰਗਦੇ ਨੇ ਜੀ ਹੱਕ ਨਾਲ ਮੰਗਦੇ ਨੇ ਕਹਿੰਦਾ ਸਾਡਾ ਹੱਕ ਹੈ ਜੀ ਹੂੰ ਕਿਹਨੂੰ ਰੋਕ ਲੋਂਗੇ ਕਿਹਨੂੰ ਨੱਥ ਪਾ ਲੋਂਗੇ ਕੋਈ ਹੱਲ ਹੀ ਨਹੀਂ ਹੈਗਾ ਹੂੰ ਇਹੋ ਜਿਹੇ ਸਾਡੇ ਅਫਸਰ ਮੰਨਦੇ ਨੇ ਜਿਹੜੇ ਬੈਠੇ ਨੇ ਕਹਿੰਦੇ ਜੀ ਨੌਰਵੀਂ ਫੋਟੋ ਵਿੱਚ ਨਾ ਇਹ ਹੋ ਨਹੀਂ ਸਕਦਾ ਜੀ ਕੀ ਲੱਗ ਰਿਹਾ ਇਹ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਹਜਾਰਾ ਬਹੁਤ ਪੜੇ ਲਿਖੇ ਇਨਸਾਨ ਨੇ ਜਿਵੇਂ ਨਹੀਂ ਪੱਦਰ ਤੇ ਉਹਨਾਂ ਨੇ ਕੋਈ ਜਾਇਜਾ ਲੱਤਾ ਹੀ ਨਹੀਂ ਕੁਰਸੀ ਤੇ ਬੈਠ ਕੇ ਐਲਾਣਾ ਨਹੀਂ ਕਰਤਾ ਆਮ ਲੋਕਾਂ ਦੀ ਤਾਂ ਜਿਹੜਾ ਰੋਜ਼ਗਾਰ ਆ ਉਹ ਸੁਟਿਆ ਪਿਆ ਏ ਮਿਸਤਰੀ ਵਿਹਲੇ ਬੈਠੇ ਨੇ ਲੇਬਰ ਵਾਲੇ ਵਿਹਲੇ ਬੈਠੇ ਨੇ ਟਰੱਕ ਡਰਾਈਵਰ ਵਿਹਲੇ ਬੈਠੇ ਨੇ ਤੁਸੀਂ ਵੀ ਆਪਣੀਆਂ ਦੁਕਾਨਾਂ ਬੰਦਵਾ ਮੰਗੇ ਨੇ ਸਾਡੇ ਵਿਹਲੇ ਬੈਠੇ ਨੇ ਸਾਰਾ ਪੂਰਾ ਗੱਡੀਆਂ ਜਿਹੜੀਆਂ ਚਲਦੀਆਂ ਸੀ ਰੇਤੇ ਵਜਿ ਦੇ ਸਭ ਲੋਕਾਂ ਦੇ ਘਰੇ ਘਰੇ ਖੜੀਆਂ ਨੇ ਕਿਉਂ ਜਿੰਨਾ ਚਿਰ ਇਹ ਚੀਜ਼ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਨਾ ਤਾਂ ਰੇਤਾ ਆ ਰਿਹਾ ਦੇਖੋ ਜੀ ਖਾਲੀ ਜਿਹੜਾ ਰੇਤਾ ਪਹਿਲਾਂ ਦਾ ਪਿਆ ਸੀ ਤੁਸੀਂ ਨਿਗਾਹ ਮਾਰੋ ਉਹੀ ਪਿਆ ਜਿਹੜਾ ਵਾਸ਼ਿੰਗ ਸੈਂਡ ਆ ਉਸ ਤਰ੍ਹਾਂ ਦਾ ਉਨੇ ਵਾਲਾ ਦਿੱਤਾ ਪਿਆ ਉਹ ਪਿਆ ਉਹ ਵੀ ਗੱਡੀ ਸੁੱਟ ਗਿਆ ਸੀ ਉਦੋਂ ਬਾਅਦ ਵਿਕਿਆ ਨਹੀਂ ਤੇ ਚੰਨੀ ਸਾਹਿਬ ਦੀ ਗੱਲ ਕਰੀਏ ਮੁੱਖ ਮੰਤਰੀ ਬਣੇ ਨੇ ਪਟਾਰੇ ਚੋਂ ਨਿਕਲੇ ਨੇ ਉਹਨਾਂ ਦੀ ਕਿੰਨੀ ਨੌਲੇਜ ਆ ਉਹਨਾਂ ਦਾ ਏਰੀਆ ਪੈਂਦਾ ਅਸੀਂ ਤਾਂ ਇੱਥੇ ਬੈਠੇ ਵੀ ਸੁਣਦੇ ਆ ਕਿ ਕਮਿਸ਼ਨ ਹੁੰਦਾ ਜਿੰਨੇ ਵੀ ਮੰਤਰੀ ਨੇ ਜਾਂ ਉਥੇ ਅਫਸਰ ਸਾਹਿਬਾਨ ਨੇ ਉਹਨਾਂ ਦਾ ਵਿੱਚ ਕਮਿਸ਼ਨ ਹੁੰਦਾ ਕਿੰਨਾ ਕ ਕਮਿਸ਼ਨ ਹੁੰਦਾ ਜੀ ਜਿਹੜੀ ਗੱਲ ਕਹੀ ਜਾਂਦੀ ਹੈ ਵੀ ਕਮਿਸ਼ਨ ਹੁੰਦਾ ਜਿਹੜੇ ਸਾਡੇ ਮੂਰੇ ਵਿਧਾਇਕ ਨੇ ਮੰਤਰੀ ਨੇ ਉਹਨਾਂ ਦਾ ਕਮਿਸ਼ਨ ਹੁੰਦਾ ਬੜੇ ਲੰਮੇ ਟਾਈਮ ਤੋਂ ਇਹ ਗੱਲਾਂ ਚੱਲ ਰਹੀਆਂ ਨੇ ਕੀ ਲੱਗ ਰਿਹਾ ਕਿੰਨਾ ਕ ਕਮਿਸ਼ਨ ਹੁੰਦਾ ਇੱਕ ਕੈਪਟਨ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਜੀ ਮਾਫੀਆ ਰੇਤ ਮਾਫੀਆ ਨਾਲ ਸਾਡੇ ਕੁਝ ਮੰਤਰੀ ਜੁੜੇ ਨੇ ਫਿਰ ਉਹਨਾਂ ਨੇ ਉਹਨਾਂ ਨੂੰ ਖੋਲ ਕੇ ਉਹਨਾਂ ਨੂੰ ਨਕਾਬਪੋਸ਼ਾ ਨੂੰ ਦੁਨੀਆ ਸਾਹਮਣੇ ਲਿਆਂਦਾ ਨਹੀਂ ਉਹਨਾਂ ਦੀ ਲਿਸਟ ਜਾਰੀ ਨਹੀਂ ਕੀਤੀ ਜਾਂ ਤਾਂ ਉਹ ਜਾਰੀ ਕਰ ਦਿੰਦੇ ਹੁਣ ਆਪਾਂ ਵੀ ਇਹ ਸੁਣਿਆ ਹੀ ਹੈ ਕਿ ਸਾਨੂੰ ਪਤਾ ਲੱਗਦਾ ਗੱਡੀਆਂ ਜਾਂਦੀਆਂ ਨੇ ਵੀ ਭਾਈ ਉੱਥੇ ਗੁੰਡਾ ਟੈਕਸ ਦਾ ਚੱਲਦਾ ਹੀ ਹੈ ਜਿਹੜਾ ਮੰਤਰੀਆਂ ਦਾ ਲਾਲੋ ਅਫਸਰਾਂ ਦਾ ਲਾਲੋ ਹਨਾ ਜੀ ਪਰ ਸਾਡੀ ਨੌਲੇਜ ਤੋਂ ਇਹ ਬਾਰਾ ਅਸੀਂ ਤਾਂ ਇੱਥੇ ਬੈਠੇ ਆ ਉੱਥੇ ਕੀ ਹੋ ਰਿਹਾ ਹੈ ਕੌਣ ਕਰ ਰਿਹਾ ਹੈ ਕਿਸੇ ਤੋਂ ਕਿਸੇ ਨੂੰ ਨਹੀਂ ਪਤਾ ਅੰਦਰ ਖਾਤੇ ਕੀ ਚੱਲ ਰਿਹਾ ਹੈ ਆਈ ਡੋਟ ਨੋ ਕੋਈ ਨਹੀਂ ਜਾਣਦਾ ਨਾ ਆਮ ਪਬਿਕ ਨੂੰ ਪਤਾ ਲੱਗਦਾ ਸਾਡੇ ਕੋਲ ਰੇਤਾ 34 ਰੁਪਏ ਆ ਜਾਂਦਾ ਅਸੀਂ 35 ਰੁਪਏ ਵੇਚਦੇ ਆ ਸਾਡੀ 50 60 ਪੈਸੇ ਭਰਾਈ ਪੈ ਜਾਂਦੀ ਹੈ ਜੀ ਜੀ ਡੀਜ਼ਲ ਦਾ ਖਰਚਾ ਹੈ ਟਰੈਕਟਰ ਰੱਖੇ ਨੇ ਡੇ ਡੇ ਜੀ ਜੇ ਦੇਖਿਆ ਜਾਵੇ ਗੁੰਡਾ ਟੈਕਸ ਜਿਹੜਾ ਉੱਥੇ ਵਸੂਲਿਆ ਜਾਂਦਾ ਏ ਜੇ ਗੱਲ ਕਰੀਏ ਜੇ 9 ਰੁਪਏ ਕਿਹਾ ਜਾ ਰਿਹਾ ਹੈ ਤਾਂ ਉਹ ਟੈਕਸ ਕੀ ਬੰਦ ਹੋ ਗਿਆ ਕਿ 2 4 ਰੁਪਏ ਜਿੰਨਾ ਵੀ ਉਹਨਾਂ ਦਾ ਹੁੰਦਾ ਉਹ ਵਿੱਚੋਂ ਜਾਂਦਾ ਹੋਊਗਾ ਤਾਂ ਤਾਂ ਫਿਰ ਤਾਂ ਇਹ ਬਹੁਤ ਸਸਤਾ ਹੋ ਜਾਣਾ ਜੀ ਉਹ ਟੈਕਸ ਵੀ ਬੰਦ ਇਹਦਾ ਹਲੇ ਕੋਈ ਕਲੀਅਰਟੀ ਨਹੀਂ ਹੋਈ ਕਿਉਂ ਸਾਡੇ ਕੋਲ ਹਲੇ ਕੋਈ ਗੱਡੀ ਆਈ ਹੋਈ ਨਹੀਂ ਨਾ ਸੀ ਆਪਣੀ ਗੱਡੀ ਭੇਜੀ ਆ ਹੁਣ ਕੋਈ ਖਬਰ ਆਉਂਦੀ ਆ ਸੋਮਵਾਰ ਤੱਕ ਆਪਣੇ ਪੱਤਰਕਾਰ ਸਾਹਿਬ ਗੁਰਪ੍ਰੀਤ ਸਿੰਘ ਜੀ ਨੇ ਲੋਡ ਤੋਂ ਉਹਨਾਂ ਨੇ ਗੱਲ ਕੀਤੀ ਸੀ ਡੀਸੀ ਸਾਹਿਬ ਨਾਲ ਡੀਸੀ ਸਾਹਿਬ ਕਹਿੰਦੇ ਵੀ ਸੋਮਵਾਰ ਤੱਕ ਹੱਲ ਕਰਾਂਗੇ ਉਦੋਂ ਬਾਅਦ ਕੋਈ ਖਬਰ ਆਉਗੀ ਇਸ ਦੇ ਉੱਤੇ ਫਿਰ ਅਸੀਂ ਆਪਣੀਆਂ ਗੱਡੀਆਂ ਤੋਰਾਂਗੇ ਭੇਜਾਂਗੇ ਫਿਰ ਦੇਖਾਂਗੇ ਜੀ ਉੱਥੇ ਕੀ ਮਾਹੌਲ ਆ ਕੀ ਰੇਟ ਭਰਦੇ ਨੇ ਤੇ ਕੀ ਸਾਨੂੰ ਇੱਥੇ ਪਹੁੰਚ ਪੈਂਦੀ ਆ ਤੇ ਕੀ ਅਸੀਂ ਅੱਗੇ ਲੋਕਾਂ ਨੂੰ ਵੇਚਣਾ ਸੋਸ਼ਲ ਮੀਡੀਆ ਤੇ ਇੱਕ ਗਾ ਪਿਆ ਹੋਇਆ ਜੀ ਰੇਤਾ 9 ਰੁਪਏ ਕਰਤਾ ਪੰਜਾਬ ਸਰਕਾਰ ਨੇ ਕਾਂਗਰਸ ਦੀ ਸਰਕਾਰਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਨੇ ਬੜੀਆਂ ਜਿਹੜੀਆਂ ਸਹੂਲਤਾਂ ਨੇ ਆਮ ਲੋਕਾਂ ਨੂੰ ਦੇ ਰਹੇ ਨੇ ਕੀ ਲੱਗ ਰਿਹਾ ਹੈ ਇੱਥੇ ਆ ਕੇ ਲੋਕਾਂ ਨਾਲ ਵੀ ਥੋੜਾ ਜਿਹੜਾ ਇੱਥੇ ਖਰੀਦਣ ਆਲੇ ਆਉਂਦੇ ਨੇ ਉਹਨਾਂ ਨਾਲ ਕਿੰਦਾਂ ਦੀਆਂ ਗੱਲਾਂ ਹੁੰਦੀਆਂ ਨੇ ਬਹੁਤ ਹੁੰਦੀਆਂ ਨੇ ਜੀ ਲੋਕਾਂ ਨੂੰ ਵੀ ਐਸੇ ਲੋਕ ਸਮਝ ਆਰਨਾ ਉਹਨਾਂ ਨੂੰ ਪਤਾ ਕਿ ਪਬਲਿਕ ਸਟੰਟ ਨੇ ਇਲੈਕਸ਼ਨ ਨੇੜੇ ਆ ਰਹੇ ਨੇ ਵੀ ਵੋਟਾਂ ਮਿਲ ਜਾਣਗੀਆਂ ਬਸ ਇਹੀ ਮੇਨ ਸਟੰਟ ਹੈ ਜੀ ਹੋਰ ਕੁਝ ਨਹੀਂ ਹੈਗਾ ਜੀ ਕਿਉਂ ਜੇ ਸਰਕਾਰ ਆ ਗਈ 2 ਮਹੀਨੇ ਲਈ ਨਾ ਨਾ ਕਾਰ ਵੀ ਦਿੱ ਚਾਹੇ ਆਪ ਤੇਰਪਾ ਆ ਕੇ ਗੱਡੀਆਂ ਨੂੰ ਭਜਾ ਦੇ ਕਰ ਵੀ ਦਿੱਤਾ ਪਰ 2 ਮਹੀਨੇ ਬਾਜਾ ਇਲੈਕਸ਼ਨ ਹੋਣ ਤੋਂ ਬਾਅਦ ਜਦ ਇਹਨਾਂ ਦੀ ਫੇਰ ਸਰਕਾਰ ਆ ਗਈ ਇਹਨਾਂ ਨੇ ਫੇਰ ਉਹੀ ਲੁੱਟ ਮਚਾਉਣੀ ਆ ਹੁਣ 35 ਵੀ ਵਿਕਰੇ ਆ 34 ਆ ਰਿਹਾ 35 ਵੀ ਵਿਕਰੇ ਆ ਫੇਰ ਇਹਨਾਂ ਨੇ 40 45 50 ਕੋਈ ਲਿਮਟ ਨਹੀਂ ਕਿੱਥੇ ਜਾ ਕੇ ਰੁਕੂਗਾ ਕਿਉਂ ਮਕਾਨ ਤਾਂ ਹਰ ਆਦਮੀ ਦੀ ਜ਼ਰੂਰਤ ਹੈ ਪਰਿਵਾਰ ਵੱਧਦੇ ਜਾ ਰਹੇ ਨੇ ਪਾਰਟੀਸ਼ਨ ਹੁੰਦਾ ਜਾ ਰਿਹਾ ਪਰਿਵਾਰਾਂ ਦੇ ਵਿੱਚ ਅੱਗੇ ਅੱਗੇ ਸਭ ਨੇ ਆਪਣਾ ਆਸ਼ਿਆਨਾ ਤਾਂ ਬਣਾਉਣਾ ਹੀ ਆ ਜੀ ਰਹਿਣ ਲਈ ਤਾਂ ਇਹਦਾ ਕੋਈ ਹੱਲ ਨਹੀਂ ਕੀ ਲੱਗ ਰਿਹਾ ਜੇ ਕੋਈ ਹੱਲ ਨਹੀਂ ਲਿਕੜਦਾ ਤਾਰੇ ਤਾਂ ਪਬਲਿਕ ਦੀ ਪਹੁੰਚ ਤੋਂ ਬਾਹਰੇ ਹੋ ਜਾਣਾ ਜੀ ਜਿਵੇਂ ਮਹਿੰਗਾਈ ਚੱਲ ਰਹੀ ਹੈ ਜੀ ਡੀਜ਼ਲ ਵਧ ਰਿਹਾ ਹੈ ਜਿਵੇਂ ਕੇਂਦਰ ਸਰਕਾਰ ਨੇ ਕੀ ਕੀਤਾ ਜੀ ਉਹਨਾਂ ਨੂੰ ਪਤਾ ਯੂਪੀ ਚ ਇਲੈਕਸ਼ਨ ਨੇ ਹਿਮਾਚਲ ਚ ਹਾਰ ਗਏ ਤਿੰਨ ਸੀਟਾਂ ਹੋਰ ਇੱਕ ਐਮਪੀ ਚ ਹਾਰ ਗਏ ਉਹਦੀ ਵਜ੍ਹਾ ਨਾਲ ਉਹਨਾਂ ਦੇਖਿਆ ਵੀ ਇਹ ਸਾਨੂੰ ਮਹਿੰਗਾਈ ਨੇ ਖਾ ਜਾਣਾ ਇਹ ਡੈਨ ਹੈ ਇਹਨੇ ਖਾ ਜਾਣਾ ਉਦੋਂ ਪਹਿਲਾਂ ਇਹਨਾਂ ਨੇ ਐਕਸ਼ਨ ਲੈ ਲਿਆ ਸੈਂਟਰ ਵੱਲੋਂ 10 ਰੁਪਏ ਰੇਟ ਘਟਾਤਾ ਡੀਜ਼ਲ ਦਾ ਠੀਕ ਹੈ ਜੀ ਉਹ ਉਹਨਾਂ ਨੂੰ ਕਿਤੇ ਫਾਇਦਾ ਹੋ ਸਕਦਾ ਜਦੋਂ ਦਾ ਫਾਇਦਾ ਲੈਣਗੇ ਇਲੈਕਸ਼ਨ ਦੇ ਵਿੱਚ ਜੁਪੀ ਦੇ ਇਲੈਕਸ਼ਨ ਦੇ ਵਿੱਚ ਉਹੀ ਹੁਣ ਚੰਨੀ ਸਰਕਾਰ ਕਰ ਰਹੀ ਹੈ ਜੀ ਸਾਡੀ ਠੀਕ ਹੈ ਨਾ ਜੀ ਜੋ ਚੰਨੀ ਸਾਹਿਬ ਤੋਂ ਪਹਿਲਾਂ ਕੈਪਟਨ ਸਾਹਿਬ ਸੀ ਉਹਨਾਂ ਨੇ ਤਾਂ ਕੁਝ ਕੀਤਾ ਨਹੀਂ ਤਾਂ ਹੀ ਉਹਨਾਂ ਦੀ ਆ ਜਾ ਹਾਲਤ ਆਣਾ ਜੀ ਨਾ ਪਾਰਟੀ ਚ ਪੁੱਛਰੇ ਪਾਰਟੀ ਤੋਂ ਤਾਂ ਆਉਟ ਹੀ ਕਰਦੇ ਜੀ ਉਹ ਬਾਕੀ ਤੁਸੀਂ ਅੱਗੇ ਆਉਣ ਵਾਲੇ ਨਤੀਜੇ ਦੇਖ ਲਿਓ ਜੀ 2 ਮਹੀਨੇ ਬਾਅਦ ਇਲੈਕਸ਼ਨ ਹੈ ਕੀ ਹੁੰਦਾ ਕਿੱਧਰ ਨੂੰ ਪਲਟੀ ਮਾਰਦੀ ਹੈ ਪੂਸ਼ ਕਿੱਧਰ ਨੂੰ ਜਾਂਦੀ ਹੈ ਲਿਬੜੀ ਹੋਏ ਪਾਸੇ ਜਾਂਦੀ ਹੈ ਕਿ ਸਾਫ ਪਾਸੇ ਜਾਂਦੀ ਹੈ ਕੀ ਲੱਗ ਰਿਹਾ ਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਤੋਹਫੇ ਲੋਕਾਂ ਨੂੰ ਦੇ ਰਹੇ ਨੇ ਅੱਜ ਪੈਟਰੋਲ ਸਸਤਾ ਕੀਤਾ ਗਿਆ ਡੀਜ਼ਲ ਸਸਤਾ ਕੀਤਾ ਗਿਆ ਕਹਿ ਰਹੇ ਨੇ ਕਿ ਇਹਨੂੰ ਦੀਵਾਲੀ ਦਾ ਤੋਹਫਾ ਸਮਝ ਲੈਣ ਇਹ ਤੋਹਫਿਆਂ ਦੇ ਜਿਹੜੇ ਚੱਕਰ 'ਚ ਆਮ ਲੋਕ ਨੇ ਜਿਹੜੇ ਫਸਣਗੇ ਕੀ ਆਉਣ ਵਾਲੇ ਟਾਈਮ 'ਚ ਉਹ ਇਹ ਚੀਜ਼ਾਂ ਨੂੰ ਦੇਖ ਕੇ ਖੁਸ਼ ਹੋਣਗੇ ਵੋਟਾਂ ਫੇਰ ਜਿਹੜੀ ਕਾਂਗਰਸ ਪਾਰਟੀ ਨੂੰ ਪਾਉਣਗੇ ਕੀ ਲੱਗ ਰਿਹਾ ਏ ਕਿ ਲੋਕ ਨੇ ਜਿਹੜੇ ਸਮਝਦਾਰ ਹੋ ਚੁੱਕੇ ਨੇ ਨੇ ਲੋਕ ਸਮਝਦਾਰ ਨੇ ਜੀ ਲੋਕ ਬੇਵਕੂਫੀ ਬਹੁਤ ਨੇ ਜਿਨ੍ਹਾਂ ਨੂੰ ਨੌਲੇਜ ਨਹੀਂ ਪੈਂਡੂ ਲੋਕ ਜ਼ਿਆਦਾਤਰ ਜੀ ਬਹੁਤ ਸਿੱਧੇ ਸਾਦੇ ਨੇ ਹੂੰ ਪਿੱਛੇ ਲੱਗ ਜਾਂਦੇ ਨੇ ਹੂੰ ਠੀਕ ਹੈ ਨਾ ਜੀ ਕੋਈ ਮੰਤਰੀ ਆ ਕੇ ਬਰਸਾਤ ਕਰ ਦਿੰਦਾ ਤੁਹਾਨੂੰ ਆਹ ਦਊਗਾ ਆਹ ਦਊਗਾ ਆਹ ਦਊਗਾ ਜੀ ਬਾਜੀ ਚੱਕ ਦੋ ਫਟੇ ਜੀ ਇਹਨੇ ਵੋਟ ਪਾਉਣੀ ਆ ਕੀ ਲੱਗ ਰਿਹਾ ਜਿਹੜੀਆਂ ਚੀਜ਼ਾਂ ਫ੍ਰੀ ਕਿਹਾ ਜਾ ਰਿਹਾ ਹੈ ਬਿਜਲੀ ਫ੍ਰੀ ਦਵਾਂਗੇ ਇੰਨੀ ਇਹ ਚੀਜ਼ਾਂ ਫ੍ਰੀ ਦਵਾਂਗੇ ਇੰਨਾ ਸਸਤਾ ਕਰ ਦਾਂਗੇ ਇਹ ਜ਼ਰੂਰੀ ਆ ਜਾਂ ਸਾਡੇ ਨੌਜਵਾਨ ਜਿਹੜੇ ਬੇਰੋਜ਼ਗਾਰ ਫਿਰਦੇ ਨੇ ਉਹਨਾਂ ਨੂੰ ਰੁਜ਼ਗਾਰ ਜ਼ਰੂਰੀ ਆ ਕੀ ਕਹਾਂਗੇ ਕੀ ਚਾਹੀਦਾ ਕਿਦਾਂ ਦਾ ਸਿਸਟਮ ਦੇਖੋ ਜੀ ਇਹ ਤਾਂ ਬਿਲਕੁਲ ਗਲਤ ਗੱਲ ਹੈ ਕਿ ਆ ਫ੍ਰੀ ਦੇਵਾਂਗੇ ਫ੍ਰੀ ਦੇ ਕੇ ਪਬਲਿਕ ਨੂੰ ਨਾ ਕੰਮਾ ਬਣਾਉਣ ਵਾਲੀ ਗੱਲ ਆ ਜੀ ਜਿਵੇਂ ਇੱਕ ਰਾਜਾ ਹੁੰਦਾ ਸੀ ਉਹਦੀ ਰਿਆਸਤ ਹੁੰਦੀ ਸੀ ਉਹ ਸਾਰਿਆਂ ਨੂੰ ਗੁਲਾਮ ਬਣਾ ਕੇ ਰੱਖਦਾ ਸੀ ਇਹ ਸਰਕਾਰਾਂ ਉਹੀ ਕੰਮ ਕਰ ਰਹੀਆਂ ਨੇ ਜੀ ਵੀ ਫ੍ਰੀ ਦੇ ਦੋ ਇਹ ਨਕਾਰੇ ਹੋ ਜਾਣਾ ਕੰਮ ਨਾ ਕਰਨਾ ਇਹਨਾਂ ਨੂੰ ਨੌਕਰੀਆਂ ਨਹੀਂ ਦੇਣੀਆਂ ਸਾਡੇ ਪਿੱਛੇ ਰੇਲੀਆਂ ਦੇ ਪਿੱਛੇ ਝੁੰਡ ਬਣਾ ਕੇ ਸਾਡੇ ਪਿੱਛੇ ਤੁਰਦੇ ਰਹਿਣ ਜੀ ਠੀਕ ਹੈ ਜੀ ਇਹਦਾ ਬਹੁਤ ਮੰਗ ਕਰਨਗੇ ਉਹ ਤੁਸੀਂ ਸਰਕਾਰ ਨੂੰ ਮੰਗ ਤਾਂ ਇਹ ਕਰਾਂਗੇ ਜੇ ਸੂਝਵਾਨ ਜਿਹੜੇ ਨਵੀਂ ਪੀੜ੍ਹੀ ਆ ਰਹੀ ਹੈ ਜੰਗ ਜਨਰੇਸ਼ਨ ਆ ਆਪਣੇ ਮੁੰਡੇ ਨਵੇਂ ਖੜੇ ਹੋ ਰਹੇ ਨੇ ਜਿਵੇਂ ਭਾਰਤੀ ਕਿਸਾਨ ਜੁਣਿਆਂ ਦੇ ਵਿੱਚ ਵੀ ਵਧੀਆ ਬੁਲਾਰੇ ਨੇ ਜਾਂ ਵਧੀਆ ਸੋਚ ਵਾਲੇ ਨੇ ਅਸੀਂ ਤਾਂ ਇਹ ਮੰਗ ਕਰਾਂਗੇ ਕਿ ਉਹਨਾਂ ਨੂੰ ਅੱਗੇ ਆ ਕੇ ਇਹ ਜਿਹੜੀ ਪੋਲਿਟਿਕਸ ਕਰਦੇ ਨੇ ਨੇਤਾ ਲੋਗ ਇਹਨਾਂ ਨੂੰ ਆਮ ਪਬਲਿਕ ਤੋਂ ਦੂਰ ਕਰੋ ਤੇ ਆਪ ਅੱਗੇ ਆ ਕੇ ਆਪਣੇ ਪਬਲਿਕ ਨੂੰ ਆਪਣੇ ਲੋਕਾਂ ਨੂੰ ਸਮਝਾਓ ਉਹਨਾਂ ਨੂੰ ਗੱਲਾਂ ਲਾਓ ਤੇ ਵੱਧ ਤੋਂ ਵੱਧ ਸੀਟਾਂ ਲੈ ਕੇ ਦੇਸ਼ ਦਾ ਆਪਣੇ ਪੰਜਾਬ ਦਾ ਇੱਕ ਵਧੀਆ ਮਾਹੌਲ ਬਣਾਓ ਜੀ ਜਿਵੇਂ ਲੱਖਾ ਸਧਾਨਾ ਬਹੁਤ ਵਧੀਆ ਬੰਦਾ ਜੀ ਚਾਹੇ ਕਿਵੇਂ ਵੀ ਸੀਓ ਬੰਦਾ ਜੀ ਪਿੱਛੇ ਉਹਦਾ ਪਛੋਕੜ ਕੀ ਸੀ ਪਰ ਉਹ ਹੁਣ ਆਮ ਪਬਲਿਕਲੀ ਬਹੁਤ ਵਧੀਆ ਕੰਮ ਕਰ ਰਿਹਾ ਉਹਦੀ ਸੋਚ ਤੇ ਚੱਲੋ ਭਗਤ ਸਿੰਘ ਦੀ ਸੋਚ ਤੇ ਪੈਰਾ দাও ਉਦਮ ਸਿੰਘ ਤੋਂ ਕੁਝ ਸਿੱਖੋ ਠੀਕ ਹੈ ਇਹ ਨੇਤਾ ਕੋਲ ਤਾਂ ਕੁਝ ਨਹੀਂ ਜ ਇਹਨਾਂ ਤੋਂ ਸਿੱਖਣ ਦਾ ਕੁਝ ਵੀ ਨਹੀਂ ਜੋ ਵੀ ਭ੍ਰਿਸ਼ਟਾਚਾਰ ਸਾਰਿਆਂ ਤੋਂ ਵੱਧ ਕੌਣ ਕਰਦੀ ਹੈ ਇਹਦੀ ਰਾਜਨੀਤੀ ਆਮ ਪਬਲਿਕ ਤਾਂ ਕੋਈ ਭ੍ਰਿਸ਼ਟਾਚਾਰੀ ਨਹੀਂ ਕਰ ਸਕਦਾ ਆਮ ਪਬਲਿਕ ਦੇ ਤਾਂ ਇਹ ਵਜਨ ਪਹਿਣਾ ਜੀ 2 ਮਹੀਨੇ ਬਾਅਦ 3 ਮਹੀਨੇ ਬਾਅਦ ਜੋ ਵੀ ਸਰਕਾਰ ਆਏਗੀ ਉਹਨਾਂ ਨੇ ਲੋਕਾਂ ਦੇ ਟੈਕਸ ਲਾਣੇ ਨੇ ਜੀ ਬਿਜਲੀ ਦੇ ਰੇਟ ਵਧਾ ਦੇਣੇ ਨੇ ਆਮ ਪਬਲਿਕ ਨੇ ਉਹ ਭਰਨੇ ਹੀ ਪੈਣੇ ਨੇ ਇਹਦਾ ਥੋੜਾ ਮੀਟਰ ਕੱਟਿਆ ਜਾਊਗਾ ਜੀ ਜੀ ਠੀਕ ਹੈ ਆਉਣ ਵਾਲੇ ਸਮੇਂ 'ਚ ਦੇਖ ਸਰਕਾਰ ਆਊਗੀ ਕੀ ਹੋ ਸਕਦਾ ਹੋ ਸਕਦਾ ਕਿ ਬਿੱਲਾਂ ਦਾ ਖੇਤੀ ਦੇ ਬਿੱਲ ਵੀ ਲਾ ਦੇਵੇ ਹੂੰ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜੀ ਜੀ ਸੋ ਇਹ ਹਾਲਾਤ ਨੇ ਜਮੀਨੀ ਪੱਧਰ ਤੇ ਤੁਸੀਂ ਦੇਖਿਆ ਅਸੀਂ ਦਿੱਤੂਪੁਰ ਦੇ ਵਿੱਚ ਖੜੇ ਆ ਅ ਇੱਥੇ ਰੇਤ ਤੇ ਬਜਰੀ ਦੀ ਦੁਕਾਨ ਆ ਵੀਰ ਦੀ ਇਹ ਕਹਿ ਰਹੇ ਨੇ ਕਿ ਜਦੋਂ ਤੋਂ ਇਹ ਐਲਾਨ ਕੀਤਾ ਗਿਆ ਹੈ ਕਿ ਰੇਤਾ 9 ਰੁਪਏ ਆ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਆ ਕੇ ਕਹਿੰਦੇ ਨੇ ਕਿ ਰੇਤਾ ਤਾਂ 9 ਰੁਪਏ ਆ ਪੁਲਿਸ ਪ੍ਰਸ਼ਾਸਨ ਵੀ ਗੇੜੇ ਮਾਰਦਾ ਏ ਸੋ ਇਹਨਾਂ ਨੇ ਰੇਤਾ ਦੇਣਾ ਬੰਦੇ ਕਰ ਦਿੱਤਾ ਕਿਉਂਕਿ 9 ਰੁਪਏ ਰੇਤਾ ਤਾਂ ਜਿਹੜਾ ਉੱਥੋਂ ਟੱਕਾਂ 'ਚੋਂ ਜਿੱਥੋਂ ਆਉਂਦਾ ਏ ਉੱਥੋਂ ਨਹੀਂ ਪੈਂਦਾ ਉੱਥੇ ਭਰਾਈ ਆ ਜਿਹੜੀ ਉਹ ਪੈਂਦੀ ਆ ਲੇਬਰ ਪੈਂਦੀ ਆ ਇਹ ਰਸਤੇ ਦੇ ਵਿੱਚ ਜਿਹੜਾ ਟਰਾਂਸਪੋਰਟ ਦਾ ਖਰਚਾ ਇਹ ਪੈਂਦਾ ਹੈ ਪੁਲਿਸ ਪ੍ਰਸ਼ਾਸਨ ਅਤੇ ਹੋਰ ਰੋਟੀ ਪਾਣੀ ਦਾ ਖਰਚਾ ਜਿਹੜਾ ਪੈਂਦਾ ਹੈ ਤੇ 9 ਰੁਪਏ ਤਾਂ ਰੇਤਾ ਇਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਗਲਤ ਗੱਲ ਆ ਇਹ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਯਾਰ ਪਾਗਲ ਬਣਾਉਣ ਵਾਲੀ ਗੱਲ ਆ ਸੋ ਅੱਗੇ ਹੋਰ ਵੀ ਦੁਕਾਨਦਾਰ ਨੇ ਉਹਨਾਂ ਨਾਲ ਗੱਲ ਕਰਾਂਗੇ ਉਹ ਕਿਸ ਤਰ੍ਹਾਂ ਦੇਖਦੇ ਨੇ ਸੋ ਪੰਜਾਬ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਬਾਰੇ ਉਹਨਾਂ ਦੀ ਕੀ ਸੋਚ ਆ ਤੁਸੀਂ ਦੇਖਦੇ ਰਹੋ ਪੰਜਾਬੀ ਲੋਕ ਚੈਨਲ